ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੇ ਅੱਜ 2 ਕੁਖਾਤ ਹੈਰੋਇਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਵਿੱਚੋਂ 7 ਕਿਲੋ 590 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਤਸਕਰਾਂ ਦੀ ਪਛਾਣ ਗੁਰਦੇਵ ਸਿੰਘ ਤੇ ਮੇਜਰ ਸਿੰਘ ਨਿਵਾਸੀ ਕੱਕੜ ਦੇ ਰੂਪ 'ਚ ਹੋਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 37 ਕਰੋੜ ਰੁਪਏ ਦੱਸੀ ਜਾਂਦੀ ਹੈ। ਪੁਲਿਸ ਨੇ ਦੋਵੇਂ ਤਸਕਰਾਂ ਵਿਰੁੱਧ NDPC ਐਕਟ ਅਧੀਨ ਕੇਸ ਦਰਜ ਕਰਕੇ ਮਾਨਯੋਗ ਅਦਾਲਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੋਵੇਂ ਤਸਕਰਾਂ ਨੂੰ ਕੱਲ੍ਹ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ। ਭਾਰਤ ਪਾਕਿਸਤਾਨ ਸੀਮਾ ਨਾਲ ਲੱਗਦੇ BOP ਕੱਕੜ ਦੇ ਕਰੀਬ ਇੱਕ ਬੈਟਰੀ 'ਚੋਂ 7 ਕਿਲੋ 590 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਵੇਂ ਤਸਕਰਾਂ ਦੀ ਗ੍ਰਿਫਤਾਰੀ ਦੇ ਬਾਅਦ ਦਿਹਾਤੀ ਪੁਲਿਸ ਤੇ BSF ਦੀ 22 ਬਟਾਲੀਅਨ ਨੇ ਬਾਅਦ ਦੁਪਹਿਰ ਭਾਰਤ ਪਾਕਿਸਤਾਨ ਸੀਮਾ 'ਤੇ ਲੱਗੀਆਂ ਕੰਡਿਆਲੀਆਂ ਤਾਰਾਂ ਦੇ ਨੇੜੇ ਇੱਕ ਸਰਚ ਆਪਰੇਸ਼ਨ ਚਲਾਇਆ, ਜਿੱਥੋਂ ਦੋਵੇਂ ਤਸਕਰਾਂ ਵੱਲੋਂ ਦੱਸੇ ਗਏ ਠਿਕਾਣੇ ਤੋਂ ਇੱਕ ਬੈਟਰੀ ਬਰਾਮਦ ਹੋਈ, ਜਿਸ ਵਿੱਚ 7.5 ਕਿਲੋ ਦੇ ਕਰੀਬ ਹੈਰੋਇਨ ਸੀ। ਐਂਟੀ ਨਰਕੋਟਿਕ ਆਪਰੇਸ਼ਨ ਦੇ ਵਿੱਚ SSCM ਸਰ ਰੂਰਲ ਦੀ ਲੀਡਰਸ਼ਿਪ ਦੇ ਵਿੱਚ CAA ਦੀ ਟੀਮ ਅਤੇ SHO ਸਾਹਿਬ ਨੇ ਰਲ ਕੇ ਇੱਕ ਆਪਰੇਸ਼ਨ ਲਾਂਚ ਕੀਤਾ ਸੀ, ਜਿਹਦੇ ਵਿੱਚ 7.59 ਕਿਲੋਗ੍ਰਾਮ ਆਫ ਹੈਰੋਇਨ ਹੈਜ਼ ਬੀਨ ਕੌਟ। ਉਹਦੇ ਵਿੱਚ ਇੱਕ ਮੋਟਰਸਾਈਕਲ, ਮੋਬਾਈਲ ਅਤੇ 2 ਬੰਦੇ ਫੜੇ ਨੇ ਗਏ ਨੇ, ਇੱਕ ਦਾ ਨਾਂ ਹੈ ਗੁਰਦੇਵ ਸਿੰਘ, ਇੱਕ ਦਾ ਨਾਂ ਹੈ ਮੇਜਰ ਸਿੰਘ, ਜਿਨ੍ਹਾਂ ਤੋਂ ਇਹ ਫੜੀ ਗਈ ਹੈ। ਇਹਨਾਂ ਦਾ ਮੋਡਸ ਅਪਰੈਂਡੀ ਇਹ ਸੀਗਾ ਕਿ ਪ੍ਰਭਜੋਤ ਸਿੰਘ ਇੱਕ ਰਿਟਾਇਰਡ ਆਰਮੀ ਵਾਲਾ ਆਇਆ ਹੈਗਾ, ਆਰਮੀ 'ਚੋਂ ਰਿਟਾਇਰ ਹੋ ਕੇ ਉਹਦੇ ਟਰੈਕਟਰ ਦੇ ਵਿੱਚ ਇਹ ਪਾ ਕੇ ਲੈ ਜਾਂਦੇ ਸੀਗੇ ਬੈਟਰੀ, ਖਾਲੀ ਪਾਕਿਸਤਾਨ ਵਾਲੇ ਬੈਟਰੀ ਦੇ ਵਿੱਚ ਨਰਕੋਟਿਕਸ ਭਰ ਕੇ ਉੱਥੇ ਰੱਖ ਜਾਂਦੇ ਸੀ, ਇਹ ਫਿਰ ਬੈਟਰੀ ਖਾਲੀ ਉੱਥੇ ਛੱਡਾਉਂਦੇ ਸੀ, ਭਰੀ ਹੋਈ ਬੈਟਰੀ ਲਿਆਉਂਦੇ ਸੀ। ਬੈਟਰੀ ਦੱਬਦੇ ਸੀ ਜਾਂ ਰੱਖ ਦਿੰਦੇ ਸੀ ਉੱਥੇ? ਬੈਟਰੀ ਉੱਥੇ ਅਕੋਰਡਿੰਗ ਟੂ ਦਾ ਇਨਫੋਰਮੇਸ਼ਨ, ਫਸਟ ਇਨਫੋਰਮੇਸ਼ਨ, ਇਹ ਦੱਬ ਦੁੱਬ ਦਿੰਦੇ ਸੀ ਜਾਂ ਉਹਦੇ ਖਿੱਚ ਰੱਖ ਦਿੰਦੇ ਸੀ। ਪ੍ਰਭਜੋਤ ਸਿੰਘ ਜਿਹੜਾ ਹੀ ਸਟਿਲ ਐਟ ਲਾਰਜ, ਇੱਕ ਐਕਸ ਆਰਮੀਮੈਨ ਆਦਮੀ ਹੈਗਾ, ਉਹਦੇ ਖਿੱਚ ਹੋਈਆਂ ਰਿਕਵਰ ਕੀਤੀ ਗਈ ਹੈ ਅਤੇ ਵੀ ਐਕਸਪੈਕਟ ਟੂ ਕੈਚ ਇਮ ਵੈਰੀ ਸੂਨ। ਅਤੇ ਇਹਦੇ ਨਾਲ ਇੱਕ ਵਧੀਆ ਰਿਕਵਰੀ ਹੋਈ ਹੈ ਬਾਰਡਰ ਰੇਂਜ ਦੇ ਵਿੱਚ। ਪਿਛਲੇ ਮੇਰੇ ਖਿਆਲ 6 ਮਹੀਨਿਆਂ ਦੇ ਵਿੱਚ ਇਹ 55 ਕਿਲੋ ਹੀਰੋਇਨ ਅੰਮ੍ਰਿਤਸਰ ਰੂਰਲ ਵਾਲਿਆਂ ਦੀ ਫੜੀ ਹੈ, ਜਿਹੜੀ ਫਰੋਮ ਅਕਰੋਸ ਦਾ ਬਾਰਡਰ ਆਉਂਦੀ ਹੈਗੀ ਹੈ। ਬੜਾ ਇੱਕ ਨੋਵਲ ਮੈਥਡ ਲੱਭਿਆ ਇਹਨਾਂ ਨੇ ਕਿ ਬੈਟਰੀ ਨੂੰ ਕੋਈ ਚੈੱਕ ਨਹੀਂ ਕਰ ਸਕਦਾ, ਕਿਉਂਕਿ ਟੈਕਨੀਕਲੀ ਆਲਸੋ BSF ਐਂਡ ਆਰ ਪੁਲਿਸਮੈਨ ਆਰ ਨੋਟ ਟ੍ਰੇਨਡ ਟੂ ਗੈਟ ਇਨ ਟੂ ਐਵਰੀਥਿੰਗ ਐਂਡ ਓਪਨ ਇਟ ਐਂਡ ਸੀ ਇਟ। ਉਹ ਤਾਂ ਇਨਪੁੱਟ ਸੀਗੀ ਸਾਡੇ ਕੋਲ, ਅਸੀਂ ਉਹ ਆਪਰੇਸ਼ਨ ਲਾਂਚ ਕੀਤਾ ਅਤੇ ਰਿਕਵਰ ਹੋ ਗਿਆ। ਦੇ ਕੀਪ ਔਨ ਚੇਂਜਿੰਗ ਦੇ ਮੋਡਸ ਅਪਰੈਂਡੀ, ਹਰੇਕ ਟਾਈਮ ਇਹ ਆਪਣਾ ਮੈਥਡ ਚੇਂਜ ਕਰਦੇ ਨੇ, ਇੰਸਟਰੂਮੈਂਟ ਚੇਂਜ ਕਰਦੇ ਨੇ, ਤਰੀਕਾ ਚੇਂਜ ਕਰਦੇ ਨੇ। ਵੀ ਆਰ ਸਟਿਲ ਇਨ ਅ ਪੋਜੀਸ਼ਨ ਟੂ ਕਰੈਕ ਦਿਸ ਕੇਸ। ਪਾਕਿਸਤਾਨ ਇਹ ਫੋਰਵਰਡ। ਬਿਊਰੋ ਰਿਪੋਰਟ, ਸਿੱਖ ਐਕਸਪ੍ਰੈਸ ਨਿਊਜ਼।